ਬਾਦਲ ਰੋਡ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਵੇਗੀ ਲੋਕ ਸਭਾ ਚੋਣਾਂ ਸੰਬੰਧੀ ਪਈਆਂ ਵੋਟਾਂ ਦੀ ਗਿਣਤੀ। ਕੀਤੇ ਗਏ ਸੁਰੱਖਿਆ ਦੇ ਪ੍ਰਬੰਧ ਪੂਰੇ CCTV ਕੈਮਰੇ ਦੇ ਨਾਲ ਕੀਤੀ ਜਾ ਰਹੀ ਹੈ ਨਿਗਰਾਨੀ। ਐਤਵਾਰ ਨੂੰ 12 ਵਜੇ ਦੇ ਲਗਭਗ ਰਿਟਰਨਿੰਗ ਅਫਸਰ ਭੁੱਚੋ ਅਤੇ RTA ਮੈਡਮ ਪੂਨਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜੋ ਲੋਕ ਸਭਾ ਚੋਣਾਂ ਹੋਈਆਂ ਹਨ ਉਹਨਾਂ ਦੀ ਜਿਹੜੀ ਗਿਣਤੀ ਹੈ ਵੋਟਾਂ ਦੀ ਉਹ 4 ਜੂਨ ਨੂੰ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਹਨ। CCTV ਕੈਮਰਾ ਦੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਬਾਦਲ ਰੋਡ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਹਨ ਉੱਥੇ ਨਾਲ CCTV ਕੈਮਰਾ ਦੇ ਨਾਲ ਵੀ ਇੱਥੇ ਨਿਗਰਾਨੀ ਕੀਤੀ ਜਾ ਰਹੀ ਹੈ। ਹਾਂਜੀ ਮੈਮ, ਕੀ ਕਹਿਣਾ ਚਾਹੁੰਦੇ ਆ ਗਿਣਤੀ ਨੂੰ ਲੈ ਕੇ, ਕਿਸ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਕੀਤੇ ਗਏ, ਕੀ ਹਦਾਇਤਾਂ ਨੇ? ਦੇਖੋ ਜੀ, ਜਿਹੜੀ 4 ਤਰੀਕ ਨੂੰ ਗਿਣਤੀ ਹੈ ਉਹਦੇ ਸਾਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਐਸ ਪਰ ਗਾਈਡਲਾਈਨਸ ਐਂਡ ਪ੍ਰੋਟੋਕੋਲ ਜਿਹੜੇ ਹੈਗੇ ਆ ਉਹ ਸਾਰੇ ਕਰ ਲਏ ਗਏ ਹੈ, ਔਰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਪੋਲ ਜਿਹੜੀ ਹੈ ਉਹ ਸਾਰੀ ਸੰਪੰਨ ਹੋਈ ਹੈਗੀ ਹੈ, ਸੋ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਹੈ। ਕਿੰਨੇ ਵਜੇ ਸ਼ੁਰੂ ਹੋ ਗਈ ਗਿਣਤੀ ਜੀ? ਹਾਂਜੀ, ਗਿਣਤੀ ਕਿੰਨੇ ਵਜੇ ਸ਼ੁਰੂ ਹੋ ਗਈ ਗਿਣਤੀ? ਬਸ ਚਲੋ।